ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਲੀ ਸਿੱਖ ਜੀਵਨ। ਇੱਕ ਨੇਕ ਬੰਦਾ ਘੋੜੇ 'ਤੇ ਚੜ੍ਹਿਆ ਜਾ ਰਿਹਾ ਸੀ। ਅੱਗੇ ਰਸਤੇ ਵਿੱਚ ਲੱਕ 'ਤੇ ਦੋਏ ਹੱਥ ਧਰ ਕੇ, ਬਹੁਤ ਹੌਲੇ ਕਦਮ ਧਰ ਕੇ ਟੁਰਿਆ ਜਾਂਦਾ। ਇੱਕ ਬੰਦਾ ਉਸਨੂੰ ਵੇਖ ਕੇ ਬੋਲਿਆ, ਭਾਈਆ ਅਸਵਾਰਾ, ਮੈਂ ਬਿਮਾਰ ਹਾਂ, ਤੁਰ ਨਹੀਂ ਹੁੰਦਾ। ਜੇ ਮੈਨੂੰ ਘੋੜੇ 'ਤੇ ਚਾੜ ਲਵੇ ਅਤੇ ਦੋ ਕੋਹ ਲੈ ਚੱਲੇ ਤਾਂ ਮੇਰਾ ਪਿੰਡ ਆ ਜਾਏਗਾ, ਉੱਥੇ ਲਾਹ ਦੇਵੀਂ, ਰੱਬ ਤੇਰਾ ਭਲਾ ਕਰੇਗਾ। ਅਸਵਾਰ ਨੇ ਤਰਸ ਨਾਲ ਤੱਕਿਆ, ਘੋੜੇ ਤੋਂ ਉੱਤਰ ਪਿਆ, ਪਾਸ ਵਾਰ ਲਿਆ ਅਤੇ ਘੋੜੇ ਨੂੰ ਖਲਹਾਰ ਦਿੱਤਾ, ਉਸ ਨੂੰ ਚੁੱਕ ਕੇ ਕਾਠੀ 'ਤੇ ਬਿਠਾ ਦਿੱਤਾ। ਰਾਸਾਂ ਉਸਦੇ ਹੱਥ ਦਿੱਤੀਆਂ, ਅੱਗੋਂ ਵਾਗ ਫੜ ਕੇ ਘੋੜੇ ਨੂੰ ਕਦਮ ਕਦਮ ਲੈ ਕੇ ਆਪ ਟੁਰ ਪਿਆ। ਅਸਵਾਰ ਕੁਝ ਚਿਰ ਤਾਂ ਵਾਗਾਂ ਢਿੱਲੀਆਂ ਛੱਡ ਕੇ ਬੈਠਾ ਰਿਹਾ, ਫਿਰ ਕਦੇ ਜ਼ਰਾ ਕੁ ਵਾਗ ਕੱਸੇ, ਫਿਰ ਢਿੱਲੀ ਕਰ ਦੇਵੇ। ਕੁਝ ਵਾਟ ਲੰਘ ਕੇ ਅਚਾਨਕ ਉਸਨੇ ਵਾਗਾਂ ਨੂੰ ਝਟਕਾ ਦਿੱਤਾ ਅਤੇ ਮਾਲਕ ਦੇ ਹੱਥੋਂ ਛੁਡਾ ਲਈਆਂ ਅਤੇ ਘੋੜੇ ਨੂੰ ਦੂਜੇ ਪਾਸੇ ਵਾਗ ਦੇ ਇਸ਼ਾਰੇ ਨਾਲ ਮੋੜਿਆ ਅਤੇ ਅੱਡੀ ਲਾ ਕੇ ਘੋੜੇ ਨੂੰ ਲੈ ਨੱਠਾ। ਮਾਲਕ ਨੇ ਆਵਾਜ਼ ਦਿੱਤੀ, ਓਏ ਵੀਰਾ, ਦੂਰੋਂ ਹੀ ਸਹੀ ਪਰ ਮੇਰੀ ਗੱਲ ਇੱਕ ਜ਼ਰੂਰ ਸੁਣੀ ਜਾਵੀ। ਘੋੜਾ ਜਿਵੇਂ ਲਈ ਜਾ ਰਿਹਾ ਹੈ ਤੇਰੀ ਰਜਾ, ਪਰ ਮੇਰੀ ਗੱਲ ਜ਼ਰੂਰ ਸੁਣੀ ਜਾਈ। ਹਰੇਆਨ ਹੋ ਕੇ ਉਸਨੇ ਘੋੜੇ ਨੂੰ ਥੰਮਿਆ ਅਤੇ ਆਵਾਜ਼ ਸੁਣੀ, ਜਾ ਸਕਣ ਵਾਲੀ ਦੂਰੀ 'ਤੇ ਖੜੋ ਕੇ ਬੋਲਿਆ, ਸੁਣਾ। ਘੋੜੇ ਦੇ ਮਾਲਕ ਨੇ ਕਿਹਾ, ਖਬਰਦਾਰ, ਕਿਸੇ ਨੂੰ ਇਹ ਨਾ ਦੱਸੀ ਕਿ ਤੂੰ ਇਹ ਕਹਿ ਕੇ ਮੈਂ ਬਿਮਾਰ ਹਾਂ, ਮੈਨੂੰ ਥੋੜ੍ਹੀ ਦੂਰ ਲੈ ਚੱਲ, ਘੋੜੇ 'ਤੇ ਚੜ੍ਹਿਆ ਸੈਂ ਅਤੇ ਫਿਰ ਘੋੜਾ ਲੈ ਨੱਠਾ ਸੈਂ। ਉਸਨੇ ਹੈਰਾਨ ਹੋ ਕੇ ਪੁੱਛਿਆ, ਇਹ ਕਿਉਂ? ਮਾਲਕ ਨੇ ਕਿਹਾ, ਇਸ ਤਰ੍ਹਾਂ ਤੂੰ ਅਨੇਕਾਂ ਉਹਨਾਂ ਬਿਮਾਰੀਆਂ 'ਤੇ ਜ਼ੁਲਮ ਕਰੇਗਾ ਜੋ ਸੱਚੀ ਮੁੱਚੀ ਪੈਂਡੇ ਵਿੱਚ ਬਿਮਾਰ ਹੋਣਗੇ ਅਤੇ ਕਿਸੇ ਤੋਂ ਘੋੜੇ 'ਤੇ ਚੜ੍ਹਨ ਦੀ ਮਿਹਰਬਾਨਗੀ ਮੰਗਣਗੇ, ਕਿਉਂਕਿ ਘੋੜੇ ਵਾਲੇ ਜਾਣ ਲੈਣਗੇ ਇਹ ਵੀ ਉਹੋ ਜਿਹਾ ਠੱਗ ਹੋਣਾ ਹੈ ਜਿਹੋ ਜਿਹਾ ਬਿਮਾਰ ਬੱਗਾ ਸਿੰਘ ਦਾ ਘੋੜਾ ਠੱਗ ਲੈ ਗਿਆ ਸੀ। ਤੂੰ ਤਾਂ ਮਰ ਜਾਏਗਾ, ਪਰ ਬਿਮਾਰਾਂ ਅਤੇ ਘੋੜੇ ਵਾਲਿਆਂ ਅਤੇ ਤਰਸ ਵਾਲਿਆਂ ਨੇ ਸਦਾ ਹੁੰਦੇ ਹੀ ਰਹਿਣਾ ਹੈ। ਤੇਰੀ ਪੈਦਾ ਕੀਤੀ ਬੇਵਸਾਹੀ ਇਉਂ ਸਦਾ ਹੀ ਦੁਖਦਾਈ ਹੋ ਕੇ ਬਿਮਾਰਾਂ ਨੂੰ ਕਸ਼ਟ ਦਿੰਦੀ ਰਹੇਗੀ। ਬੱਗਾ ਸਿੰਘ ਚੁੱਪ ਹੋ ਗਿਆ, ਕਦਮ ਹਲਕਾ ਕਰ ਲਿਆ, ਆਪਣੇ ਰਾਹੇ ਟੁਰ ਪਿਆ ਅਤੇ ਅਸਵਾਰ ਘੋੜਾ ਦੁੜਾ ਕੇ ਆਪਣੇ ਰਸਤੇ ਚਲਾ ਗਿਆ। ਬੱਗਾ ਸਿੰਘ ਘਰ ਆਇਆ, ਨਹਾਤਾ ਧੋਤਾ, ਰਹਿਰਾਸ ਦਾ ਪਾਠ ਕੀਤਾ, ਰੋਟੀ ਖਾਧੀ ਅਤੇ ਸੌਂ ਗਿਆ। ਸਵੇਰੇ ਉੱਠਿਆ, ਬਾਹਰ ਆਇਆ, ਵਿਹੜੇ ਵਿੱਚ ਗਿੱਜੇ ਹੋਏ ਪੈਰ ਡਿਉੜੀ ਵੱਲ ਵਧੇ ਕਿ ਪਹਿਲਾ ਪੁਚਕਾਰਾ ਰੋਜ਼ ਵਾਂਗ ਘੋੜੇ ਨੂੰ ਦੇਣ। ਘੋੜਾ ਵੀ ਆਦਤ ਮੂਜਬ ਮਾਲਕ ਦੀ ਪੈਖੜ ਸਿਆਣ ਕੇ ਹਿਣਕਿਆ, ਚੇਤਾ ਵੀ
ਉਡਾਰੀ ਮਾਰ ਕੇ ਆ ਗਿਆ ਕਿ ਘੋੜਾ ਤਾਂ ਕੱਲ੍ਹ ਰੋਗੀ ਨੂੰ ਦੇ ਆਇਆ ਸੈਂ ਬੱਗਾ ਸਿਆਂ, ਇਹ ਹਿਣਕਦਾ ਕੌਣ ਹੈ? ਇੰਨੇ ਨੂੰ ਫੇਰ ਹਿਣਕਦਾ ਸੁਣਾਈ ਦਿੱਤਾ। ਬੱਗਾ ਸਿੰਘ ਹਰਿਆਣਿਆਂ ਅੱਗੇ ਵਧਿਆ, ਕੀ ਵੇਖੇ ਕਿ ਘੋੜਾ ਡਿਉੜੀ ਵਿੱਚ ਕਿੱਲੇ 'ਤੇ ਬੱਧਾ ਖੜਾ ਹੈ। ਜਾ ਉਸਦੀ ਧੌਣ 'ਤੇ ਹੱਥ ਧਰੇ, ਉਸ ਥਾਪੀ ਦਿੱਤੀ। ਫਿਰ ਦੇਖੇ ਤਾਂ ਬਾਹਰ ਦਾ ਬੂਹਾ ਖੁੱਲ੍ਹਾ ਹੋਇਆ ਹੈ, ਚੂਥੀ ਪੁੱਟੀ ਹੋਈ ਹੋਈ। ਬਾਹਰ ਨਿਕਲਿਆ ਤਾਂ ਤੱਕਿਆ, ਕੱਲ੍ਹ ਵਾਲਾ ਬਿਮਾਰ ਨਿੰਮੋ ਝੂਣਾ ਖੜਾ ਹੈ। ਪੁੱਛਣ ਲੱਗਾ, ਸੁਣਾ ਬਈ ਰੋਗੀ ਵੀਰਾ, ਵੱਲ ਹੋ ਗਿਆ ਏ? ਠੱਗ ਬੱਗਾ ਸਿਆਂ, ਮੈਂ ਸੱਚਮੁੱਚ ਰੋਗੀ ਸਾਂ, ਤੂੰ ਵੈਦ ਹੈ ਜਿਸ ਮੇਰੀ ਮੂਰਛਾ ਖੋਲੀ ਹੈ। ਘੋੜਾ ਸੰਭਾਲ ਲੈ ਭਾਈਆ, ਹੁਣ ਨਾ ਵਿਸਾਹ ਘਾਤ ਦੀ ਕਥਾ ਟੁਰੇਗੀ, ਹੁਣ ਨਾ ਰੋਗੀਆਂ ਨੂੰ ਕਸ਼ਟਣੀ ਆਵੇਗੀ। ਸਗੋਂ ਹੁਣ ਮੈਂ ਬੱਗਾ ਸਿੰਘ ਵਰਗਾ ਬਿਮਾਰਾਂ 'ਤੇ ਤਰਸ ਕਰਨ ਵਾਲਾ ਹੋ ਜਾਸਾਂ, ਦੇਹ ਨਾ ਅਸੀਸ। ਬੱਗਾ ਸਿੰਘ ਦੀ ਵਾਰਤਾ ਅਮਲੀ ਸਿੱਖ ਜੀਵਨ ਦਾ ਇੱਕ ਸੋਹਣਾ ਨਮੂਨਾ ਪੇਸ਼ ਕਰਦੀ ਹੈ। ਹਾਂ, ਅਸੀਂ ਵੀ ਆਪਣੇ ਪੂਜ ਸਤਿਗੁਰਾਂ 'ਤੇ, ਆਪਣੇ ਸਤਿਕਾਰਯੋਗ ਬਜ਼ੁਰਗਾਂ ਦੇ ਕਦਮ 'ਤੇ ਚੱਲਣਾ ਹੈ। ਸੁਸਾਇਟੀ ਵਿੱਚ ਨਿੱਕੀ ਨਿੱਕੀ ਗੱਲ ਵੱਲ ਵੱਧ ਰਹੇ ਫਰੌਡ, ਧੋਖੇ, ਚਲਾਕੀਆਂ, ਚਤੁਰਾਈਆਂ ਨੂੰ ਦੂਰ ਕਰਨਾ, ਨੇਕ ਜੀਵਨ ਫੈਲਾਉਣਾ, ਆਪਣਾ ਗੁਆ ਕੇ ਵੀ ਪਰ ਦਾ ਭਲਾ ਕਰਨਾ ਅਤੇ ਜਗਤ ਸੁੱਖ ਵਧਾਉਣਾ ਹੈ। ਸਾਰੇ ਸਿਰ 'ਤੇ ਸਤਿਗੁਰਾਂ ਦਾ ਰੱਖਿਆ, ਸਾਡੇ ਸਿਰ 'ਤੇ ਸਤਿਗੁਰਾਂ ਦਾ ਰੱਖਿਆ ਇਹ ਫਰਜ਼ ਹੈ। ਖਾਲਸਾ ਸਮਾਚਾਰ, ਮਿਤੀ 10/12/1957 ਵਿੱਚੋਂ। ਧੰਨਵਾਦ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।